ਗੁਰੂਆਂ ਪੀਰਾਂ ਦੀ ਧਰਤ ਪੰਜਾਬ ਹੁਣ ਬਾਲੀਵੁੱਡ ਲਈ ਖਿੱਚ ਦਾ ਕੇਂਦਰ ਬਣ ਚੁੱਕੀ ਹੈ। ਬਾਲੀਵੁੱਡ ਦੇ ਪ੍ਰਸਿੱਧ ਸਿਤਾਰਿਆਂ ਨਾਲ ਸਜੀ ਫਿਲਮ ਭਾਰਤ ਦੀ ਸ਼ੂਟਿੰਗ ਵੀ ਹੁਣ ਲੁਧਿਆਣਾ ਦੇ ਲਾਗਲੇ ਪਿੰਡ ਬੱਲੋਵਾਲ ਵਿਖੇ ਚੱਲ ਰਹੀ ਹੈ ਤੇ ਆਉਣ ਵਾਲੇ ਕੁਝ ਦਿਨਾਂ ਬਾਅਦ ਫਿਲਮ ਦੇ ਕੁਝ ਹੋਰ ਦ੍ਰਿਸ਼ ਪਿੰਡ ਪਮਾਲੀ ਵਿਖੇ ਵੀ ਫਿਲਮਾਏ ਜਾਣੇ ਨੇ, ਜਿਸ ਲਈ ਰਜਵਾਹੇ ਦੇ ਨਜ਼ਦੀਕ ਖੰਡਰ ਪਈ ਇਮਾਰਤ ਨੂੰ ਨਵੀਂ ਦਿੱਖ ਦਿੱਤੀ ਜਾ ਰਹੀ ਹੈ। 50 ਦੇ ਕਰੀਬ ਵਿਅਕਤੀ ਲਗਾਤਾਰ ਇਸ ਲਈ ਕੰਮ ਕਰ ਰਹੇ ਨੇ। ਜਾਣਕਾਰੀ ਅਨੁਸਾਰ ਇਹ ਸੈੱਟ 17 ਨਵੰਬਰ ਤੱਕ ਤਿਆਰ ਹੋ ਜਾਵੇਗਾ ਅਤੇ 20 ਜਾਂ 21 ਤਰੀਕ ਤੋਂ ਸ਼ੂਟਿੰਗ ਵੀ ਆਰੰਭ ਹੋ ਸਕਦੀ ਹੈ। ਆਓ ਪਾਉਂਦਿਆਂ ਇੱਕ ਝਲਕ ਚੱਲ ਰਹੇ ਕਾਰਜਾਂ ਦੀ। ਮੈਂ ਹਾਂ ਤੁਹਾਡਾ ਹੋਸਟ ਅਤੇ ਦੋਸਤ ਗੁਰਮੀਤ ਨਿੱਜਰ। ਅੱਜ ਅਸੀਂ ਪਹੁੰਚ ਚੁੱਕੇ ਹਾਂ ਪਿੰਡ ਪਮਾਲੀ, ਜੋ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਮੁੱਲਾਂਪੁਰ ਵਾਲੀ ਮੇਨ GT ਰੋਡ ਤੋਂ ਕਰੀਬ 4 ਕਿਲੋਮੀਟਰ ਅੰਦਰ ਦੀ ਸਾਈਡ 'ਤੇ ਹੈ। ਔਰ ਪਿੰਡ ਦੇ ਵਿੱਚ ਬੜਾ ਉਤਸ਼ਾਹ ਵਾ ਕਿਉਂਕਿ ਇਸ ਪਿੰਡ ਦੇ ਵਿੱਚ ਪਹਿਲਾਂ ਵੀ ਇਸ ਜਗ੍ਹਾ 'ਤੇ ਕਈ ਫਿਲਮਾਂ ਦੀ ਸ਼ੂਟਿੰਗ ਹੋਈ ਹੈ, ਪਰ ਸਲਮਾਨ ਖਾਨ ਪਹਿਲੀ ਵਾਰ ਆ ਰਹੇ ਨੇ। ਸੋ ਆਪਾਂ ਗੱਲਬਾਤ ਕਰਦੇ ਹਾਂ ਇੱਥੇ ਪਿੰਡ ਵਾਸੀਆਂ ਦੇ ਨਾਲ, ਕੀ ਕਹਿਣਾ ਹੈ ਉਹਨਾਂ ਦਾ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰ, ਜਿਹੜਾ ਇਹ ਇੱਥੇ ਤੁਹਾਡੇ ਪਿੰਡ ਦੇ ਵਿੱਚ ਇੱਕ ਸੈੱਟ ਤਿਆਰ ਕੀਤਾ ਜਾ ਰਿਹਾ ਹੈ, ਹਾਂਜੀ, ਤੇ ਇਸ ਖੰਡੇ ਵਰਗੀ ਜਗ੍ਹਾ ਨੂੰ ਬਾਰੇ ਦੱਸਿਓ ਸਾਨੂੰ ਵੀ ਕੀ ਚੀਜ਼ ਹੈ ਇਹ? ਜੀ, ਗੌਰਮੈਂਟੀ ਨਹਿਰੀ ਮਹਿਕਮੇ ਦੀ ਜਗ੍ਹਾ ਜੀ। ਇਹ 1947 ਤੋਂ ਪਹਿਲਾਂ ਦੀ ਬਣੀ ਹੋਈ ਹੈ ਜੀ, ਇੱਥੇ ਅੰਗਰੇਜ਼ਾਂ ਦੀ ਇਹ ਬਣਾਈ ਹੋਈ ਹੈ ਜੀ, ਅਤੇ ਹੈ ਸਾਰੀ ਇਹ ਨਹਿਰੀ ਮਹਿਕਮੇ ਦੀ ਜਗ੍ਹਾ ਜੀ। ਕੋਠੀ ਇਹਨੂੰ ਕਹਿੰਦੇ ਹੁੰਦੇ ਸੀਗੇ ਪੁਰਾਣੇ ਸਮਿਆਂ 'ਚ, ਬੁੱਢੇ ਸਾਡੇ ਬਜ਼ੁਰਗ ਸਾਣੀ ਦਾਦਾ ਜੀ ਹੋਣੀ ਦੱਸਦੇ ਸੀਗੇ ਜੀ, ਅਤੇ ਉਹ ਇਹ ਗੌਰਮੈਂਟੀ ਜਗ੍ਹਾ ਜੀ। ਇਹ ਪਤਾ ਨਹੀਂ ਹੁਣ ਇਹਨਾਂ ਨੇ ਕਿੱਦਾਂ ਇਹ ਲਈ ਹੋਊਗੀ, ਇਹ ਕਹਿ ਨਹੀਂ ਸਕਦੇ ਜੀ। ਅਤੇ ਜਿਹੜੀ ਇਹ ਫਿਲਮ ਦੀ ਸ਼ੂਟਿੰਗ ਵਾਸਤੇ ਜੋ ਇੱਥੇ ਦੁਬਾਰਾ ਇਹਨੂੰ ਮੈਂਟੇਨ ਕੀਤਾ ਜਾ ਰਿਹਾ, ਇੱਥੇ ਕੁਛ ਅਲੱਗ ਤਰ੍ਹਾਂ ਦਾ ਮਾਹੌਲ ਤਿਆਰ ਕੀਤਾ ਜਾ ਰਿਹਾ, ਕੀ ਇਹ ਪਿੰਡ ਦੀ ਪਰਮਿਸ਼ਨ ਦੇ ਨਾਲ ਜਾਂ ਕੋਈ ਸਰਕਾਰ ਦੇ ਕਿਸੇ ਅਦਾਰੇ ਤੋਂ ਪਰਮਿਸ਼ਨ ਲਈ ਹੋ ਸਕਦੀ? ਨਾ ਜੀ, ਇਹ ਕੋਈ ਪਿੰਡ ਦੀ ਪਰਮਿਸ਼ਨ ਦੇ ਨਾਲ ਨਹੀਂ, ਸਰਕਾਰ ਦੇ ਅਦਾਰੇ ਨਾਲ ਹੋ ਸਕਦੀ ਹੈ ਜੇ ਲਈ ਹੋਵੇ ਤਾਂ, ਕਿਉਂਕਿ ਗੌਰਮੈਂਟ ਦੀ ਜਗ੍ਹਾ ਜੀ ਇਹ। ਅਤੇ ਜਿਸ ਤਰ੍ਹਾਂ ਇਹ ਇੱਕ ਖੰਡਰ ਪਈ ਜਗ੍ਹਾ ਤੁਹਾਨੂੰ ਦਿਖਾਈ ਦੇ ਰਹੀ ਸੀ ਪਹਿਲਾਂ, ਅਤੇ ਹੁਣ ਇਹਨੂੰ ਬੜੀ ਖੂਬਸੂਰਤ ਦਿੱਖ ਦਿੱਤੀ ਜਾ ਰਹੀ ਹੈ, ਇਸ ਤੋਂ ਤੁਹਾਡੇ ਮਨ ਦੇ ਵਿੱਚ ਕਿਸ ਤਰ੍ਹਾਂ ਦੀਆਂ ਉਮੀਦਾਂ ਨੇ ਕਿ ਇਸ ਜਗ੍ਹਾ ਦੇ ਉੱਪਰ ਜਿਹੜੇ ਸੈੱਟ ਲੱਗਣ ਤੋਂ ਬਾਅਦ ਕੀ ਇਸ ਦੇ ਉੱਪਰ ਤੁਹਾਡੇ ਪਿੰਡ ਦੀ ਇੱਕ ਕੋਈ ਸ਼ਾਨ ਬਣੂਗੀ ਜਾਂ ਇਸ ਚੀਜ਼ ਦਾ ਕੋਈ ਮਹੱਤਵ ਹੋਊਗਾ? ਨਾ ਜੀ, ਕੋਈ ਮਹੱਤਵ ਨਹੀਂ ਹੋ ਸਕਦਾ ਜੀ, ਨਾ ਇਹਦੇ ਸ਼ਾਨ ਹੋ ਸਕਦੀ, ਇਹ ਤਾਂ ਕਿਉਂ ਬੇਕਾਰ ਜਗ੍ਹਾ ਪਈ ਹੈ ਜੀ ਗੌਰਮੈਂਟ ਦੀ, ਹੈ ਕਿ ਨਹੀਂ? ਅਤੇ ਇੱਥੇ ਕਦੇ ਵੀ ਕੋਈ ਪਿੰਡ ਵਾਸੀਆਂ ਨੇ ਕੋਈ ਫੰਕਸ਼ਨ ਕਰਨ ਲਈ ਵਰਤੋਂ 'ਚ ਆਈ ਹੈ ਜਾਂ ਨਹੀਂ ਆਈ ਹੈ? ਨਹੀਂ ਆਈ ਜੀ, ਬਿਲਕੁਲ ਹੀ ਨਹੀਂ ਲੈਂਦੇ ਪਿੰਡ ਵਾਲੇ ਤਾਂ ਜੀ। ਅਤੇ ਹੁਣ ਜਦ ਇਹ ਖੰਡਰ ਜਗ੍ਹਾ ਪਈ ਹੈ, ਅਤੇ ਖੰਡਰ ਜਗ੍ਹਾ ਦੇ ਉੱਪਰ ਕਿਸੇ ਕਿਸੇ ਤਰ੍ਹਾਂ ਦੇ ਹੋਰ ਕੋਈ ਨੌਜਵਾਨ ਐਸੀ ਕੋਈ ਬੁਰੀਆਂ ਆਦਤਾਂ 'ਚ ਪੈ ਕੇ ਜਾਂ ਇਸ 'ਤੇ ਕੋਈ? ਹਾਂਜੀ ਹਾਂਜੀ, ਬੁਰੀਆਂ ਆਦਤਾਂ ਜੀ, ਨਸ਼ਾ ਪੱਤਾ ਇੱਥੇ ਕਰਦੇ ਆ ਜੀ, ਆ ਕੇ ਗੱਡੀਆਂ 'ਚ ਖੜ੍ਹ ਕੇ ਇਹਦੀ ਗਲਤ ਵਰਤੋਂ ਕਰ ਰਹੇ ਆ, ਅਤੇ ਬਾਕੀ ਵੀਡੀਓ ਬਣਾਉਂਦੇ ਇੱਥੇ ਆ ਕੇ ਬਣਾਉਂਦੇ ਆ ਜੀ। ਜਿਸ ਤਰ੍ਹਾਂ ਪਹਿਲਾਂ ਵੀ ਸੁਣਿਆ ਵਾ ਵੀ ਕਈ ਪਿਕਚਰਾਂ ਦੀ ਕਈ ਵਿਆਹ ਵਾਲਿਆਂ ਦੀ ਸ਼ੂਟਿੰਗ ਕੀਤੀ ਗਈ ਹੈ, ਪਰ ਇਸ ਜਗ੍ਹਾ ਦੇ ਉੱਪਰ ਤਕਰੀਬਨ ਵਾਰ-ਵਾਰ ਕੁਛ ਨਾ ਕੁਛ ਸ਼ੂਟਿੰਗਾਂ ਤਾਂ ਹੁੰਦੀਆਂ ਨੇ, ਅਤੇ ਪਿੰਡ ਦਾ ਕੁਛ ਨੌਂ ਵੀ ਕਿਤੇ ਦੂਰ ਤੱਕ ਜਾਂਦਾ ਵਾ? ਨਾ ਜੀ ਨਾ, ਨੌਂ ਨੂੰ ਤਾਂ ਕੋਈ ਨਹੀਂ ਨਿਕਲਦਾ ਜੀ, ਅੱਜ ਤਾਂ ਇਹ ਸੁਣਿਆ ਨਹੀਂ ਜੀ। ਅਤੇ ਇਸ ਤਰ੍ਹਾਂ ਜਿਸ ਤਰ੍ਹਾਂ ਅੱਜ ਆਪਾਂ ਗੱਲ ਕਰ ਰਹੇ ਹਾਂ ਕਿ ਇੱਥੇ ਬਾਲੀਵੁੱਡ ਦੇ ਇੱਕ ਬਹੁਤ ਨਾਮਵਰ ਕਲਾਕਾਰ ਨੇ ਸਲਮਾਨ ਖਾਨ, ਕੈਟਰੀਨਾ ਕੈਫ, ਜਦ ਉਹ ਇਸ ਪਿੰਡ ਦੇ ਵਿੱਚ ਸ਼ੂਟਿੰਗ ਕਰਨ ਆਉਣਗੇ ਤਾਂ ਇਸ ਪਿੰਡ ਦੇ ਵੀ ਕੁਛ ਨਾਮ ਉੱਥੇ ਹੋਏਗਾ? ਹਾਂਜੀ, ਉਹ ਤਾਂ ਹੋਊਗਾ ਜੀ। ਹਾਂਜੀ ਹਾਂਜੀ, ਉਹ ਤਾਂ ਚਲੋ ਹੈਗਾ ਜੀ, ਬਈ ਖੁਸ਼ੀ ਦੀ ਗੱਲ ਆ ਬਹੁਤ ਵੀ ਸਾਡਾ ਪਿੰਡ ਪਮਾਲੀ ਦਾ ਨਾਮ ਨਿਕਲਿਆ ਹੈ ਜੀ, ਇਹ ਤਾਂ ਗੱਲ ਹੈਗੀ ਆ ਵੀ ਵੱਡੇ ਪੱਧਰ 'ਤੇ ਸਲਮਾਨ ਖਾਨ ਆ ਰਹੇ ਨੇ, ਹੈ ਕਿ ਨਹੀਂ, ਅਤੇ ਬਾਕੀ ਸ਼ੂਟਿੰਗ ਵੀ ਕਰ ਰਹੇ ਨੇ, ਅਤੇ ਵਧੀਆ ਗੱਲ ਆ ਜੀ, ਹੁੰਦਾ ਹੋਵੇ। ਅਤੇ ਚਲੋ, ਧੰਨਵਾਦ ਜੀ ਤੁਹਾਡੇ ਨਾਲ ਗੱਲਬਾਤ ਕਰਨ ਦਾ, ਅਤੇ ਥੈਂਕ ਯੂ, ਸ਼ੁਕਰੀਆ ਜੀ।